ਅਜ਼ੀਜ਼ ਸਾਥੀਓ ਅਸਲਾਮ ਅਲੈਕਮ। ਸਾਡੀ ਖੁਸ਼ਨਸੀਬੀ ਪੱਟੀ ਸਾਹਿਬ ਸਾਡੇ ਇਲਾਕੇ ਦੀ ਸ਼ਾਨ, ਬਲਕਿ ਮੈਂ ਕਹਾਂਗਾ ਕਿ ਇੰਟਰਨੈਸ਼ਨਲ ਤੌਰ 'ਤੇ ਇਹਨਾਂ ਨੇ ਆਪਣੇ ਫਨ ਨੂੰ ਜਿਹੜਾ ਪੂਰੀ ਦੁਨੀਆ ਵਿੱਚ ਉਹਦੀ ਜਿਹੜੀ ਹੈ ਪਹਿਚਾਣ ਕਰਵਾਈ। ਫਰਾਂਸ ਤੋਂ ਵਾਪਸ ਆਏ ਨੇ ਅਤੇ ਬੜੀ ਮੁਸ਼ਕਲ ਨਾਲ ਸਾਨੂੰ ਇਹਨਾਂ ਕੋਲੋਂ ਟਾਈਮ ਮਿਲਿਆ। ਅਤੇ ਪੱਟੀ ਸਾਹਿਬ ਅਸੀਂ ਕਹਾਂਗੇ ਕਿ ਬਲਕਿ ਚਾਹਾਂਗੇ ਕਿ ਕਿਉਂਕਿ ਜਿਸ ਦੌਰ 'ਚ ਤੁਸਾਂ ਨੇ ਕਬੱਡੀ ਖੇਡੀ ਹੈ ਔਰ ਆਪਣਾ ਨਾਂ ਕਮਾਇਆ ਹੈ, ਉਸ ਦੌਰ 'ਚ ਇਤਨਾ ਮੀਡੀਆ ਆਨ ਨਹੀਂ ਸੀ। ਹੁਣ ਮਾਸ਼ਾਅੱਲਾ ਇਹ ਹੈ ਕਿ ਵਟਸਐਪ, ਫੇਸਬੁੱਕ ਹਰ ਜਗ੍ਹਾ 'ਤੇ ਹੈ, ਅਤੇ ਜਿਹੜੇ ਲੋਕ ਨਿਊ ਕਮਰ ਨੂੰ ਤੱਕਦੇ ਹੈ ਕਿ ਅੱਜ ਕੱਲ੍ਹ ਉਹ ਚੰਡਾਂ ਦੇ ਚੱਡਾਂ ਤਾਂ ਪਤਾ ਨਹੀਂ, ਕੋਈ ਸਮਝ ਨਹੀਂ ਲੱਗਦੀ ਵੀ ਕੀ ਹੋ ਰਿਹਾ ਹੈ। ਅਤੇ ਤੁਸੀਂ ਇਹ ਦੱਸੋ ਵੀ ਤੁਸੀਂ ਸਟਾਰਟ ਕਦੋਂ ਕੀਤਾ ਔਰ ਇਹ ਕੀ ਚੀਜ਼ ਹੈ ਔਰ ਕਿਸ ਤਰ੍ਹਾਂ ਇਹਨੂੰ ਹੋਣਾ ਚਾਹੀਦਾ? ਜੀ, ਸਭ ਤੋਂ ਪਹਿਲਾਂ ਅਸਲਾਮ ਵਾਲੇਕੁਮ ਸਾਰੇ ਵੀ ਹੋ, ਅਤੇ ਖਾਲਸਾ ਸਾਹਿਬ ਤੁਸੀਂ ਵੀ ਬਹੁਤ ਲੰਬੀ ਤੰਬੀ ਬਾਤ ਜੁੜੀ ਹੈ, ਅਤੇ ਆਪਣੇ ਮਤਲਬ ਇਹ ਜਿਹੜਾ ਲੇਟੈਸਟ ਦੌਰ ਜਾ ਰਿਹਾ ਜਿਹੜਾ ਕਿ ਇਨ ਹੈ, ਜਿਹਨੂੰ ਤੁਸੀਂ ਪਿਆ ਦਿਓ ਚੰਡਾ ਮਾਰਨੀਆਂ ਤੈਨ ਕਰਨਾ, ਆਵਾਮ ਕੀ ਯਾਨੀ ਕਿ ਕਿਸਮ ਦਾ ਸਾਦੇ ਲਫਜ਼ਾਂ ਪਾਗਲ ਬਣਾਉਣੇ ਦੀ ਗੱਲ, ਜਿਸ ਤਰ੍ਹਾਂ ਪ੍ਰੋਫੈਸ਼ਨਲਿਜ਼ਮ ਰੈਸਲਿੰਗ ਵਿੱਚ ਜਾਂ ਕ੍ਰਿਕਟ ਵਿੱਚ ਜਾਂ ਫੁੱਟਬਾਲ ਜਿਹੜੇ ਆਈ ਲੈਵਲ 'ਤੇ, ਇਸ ਤਰ੍ਹਾਂ ਸਾਡੇ ਲੋਕਲ ਜਿਹੜੀ ਕਬੱਡੀ ਹੈ ਨਾ, ਇੱਦਾਂ ਵੀ ਸੇਮ ਹੋਈ ਮਸਲਾ ਬਣ ਗਿਆ। ਕੁਝ ਸਾਡੇ ਜਿਹੜੇ ਸਵੈਪੋਸ਼ ਜਿਹੜੇ ਮੇਲਾ ਆਰਗਨਾਈਜ਼ ਕਰਦੇ ਉਹਨਾਂ ਕੀ ਵੀ ਇਸ ਨਾਲ ਕੋਈ ਕੰਸਰਨ ਨਹੀਂ ਕਿ ਇਹ ਜ਼ਾਹਿਰ ਹੈ ਜਿਸ ਕਿ ਕਬੱਡੀ ਜਿਹੜੀ ਗੇਮ ਹੈ, ਫਨ ਹੈ ਇੱਕ, ਜਿਹਨੂੰ ਹਮੇਸ਼ਾ ਕੋਈ ਵੀ, ਇਹ ਨਹੀਂ ਮੈਂ ਖਾਲੀ ਪਲੇਅਰ, ਜਿਹੜੇ ਜਿਤਨੇ ਇੱਥੇ ਪਹਿਲਾਂ ਵੀ ਈਦਗਾਹ ਸਹੀ ਨੇ, ਬਹੁਤ ਅੱਛੇ ਪਲੇਅਰ, ਮਾਸ਼ਾ ਅੱਲਾ ਬੜਾ ਨਾਂ ਰਿਹਾ ਇਸ ਇਲਾਕੇ ਦਾ, ਔਰ ਦੇਸੀ ਲਫਜ਼ਾਂ ਜ਼ਿਆਦਾ ਹਨ ਕਿ ਇੱਥੇ ਪੀਰਾਂ ਦੀ ਦੁਆ ਹੈ ਕਿ ਇੱਥੇ ਕੋਈ ਨਾ ਕੋਈ ਜਿਹੜਾ ਇੰਟਰਨੈਸ਼ਨਲ ਲੈਵਲ ਦਾ ਪਲੇਅਰ ਖੇਡਦਾ ਰਿਹਾ। ਉਹ ਮੇਰੀ ਵੀ ਖੁਸ਼ਕਿਸਮਤੀ ਹੋਈ, ਮੈਂ ਵੀ ਇਸ ਇਲਾਕੇ 'ਚ ਹਾਂ, ਮੈਨੂੰ ਵੀ ਕਿਸੇ ਦੀ ਦੁਆ ਹੈ, ਕਿਸੇ ਭਾਈ ਦੀ ਹੈ। ਉਸ ਤੋਂ ਬਾਅਦ ਸਾਡੇ ਵਾਲਦੈਨ ਜਿਹੜੇ ਸਨ ਉਹਨਾਂ ਕੀ ਸ਼ੌਕ ਸੀ, ਦੂਸਰੇ ਨੰਬਰ ਸ਼ੁਰੂ ਕਦੋਂ ਕੀਤੀ? 1984 'ਚ ਜਨਾਬ, ਮੇਰੇ ਉਸਤਾਦ ਤਾਰਕ ਸ਼ਰੀਫ ਸਾਹਿਬ ਬਾਅਦ ਬਿਲੋਂਗ ਕਰਦੇ, ਉਹਨਾਂ ਕੀ ਸ਼ਾਇਦ ਮੇਰੇ 'ਚੋਂ ਜਰਾਸੀਮ ਨਜ਼ਰ ਆਏ, ਉਹਨਾਂ ਰਿਕੁਐਸਟ ਕੀਤੀ ਪੁੱਤਰ ਵਿੱਚ ਮੈਂ ਤੇਰੀ ਮਿਹਰਬਾਨੀ ਤੂੰ ਇਸ ਫੀਲਡ ਵਿੱਚ ਆ ਜਾ, ਅਤੇ ਉਹਨਾਂ ਦੀ ਮਿਹਰਬਾਨੀ ਹੈ, ਮੈਂ ਉਹਨਾਂ ਦੇ ਬੱਚਿਆਂ ਨੂੰ ਵੀ ਦੁਆਵਾਂ ਦੇਣਾ। ਇਸ ਲੈਵਲ ਤੇ ਕਬੱਡੀ ਖਤਮ ਹੀ ਹੋ ਗਈ ਹੈ, ਔਰ ਖਤਮ ਹੋਣ ਦੀ ਵਜ੍ਹਾ ਹੋ ਸਕਦਾ ਸਾਡੀ ਵੀ ਉਸ ਵਿੱਚ ਗਲਤੀ ਹੋਵੇ ਵੀ ਅਸੀਂ ਸਹੀ ਕਨਵੇ ਨਾ ਕਰ ਸਕੇ, ਲੇਕਿਨ ਮੈਂ ਪਿਛਲੀ ਦਫਾ ਵੀ ਜਲਾਇਆ ਪਾਕਿਸਤਾਨ ਤੇ ਹਰ ਪੋਸਟ ਕੋਲ ਗਿਆ, ਮੀਟਿੰਗ ਕੀਤੀ ਹੈ, ਹਰ ਬੰਦੇ ਮੇਰੇ ਨਾਲ ਐਗਰੀ ਕੀਤਾ ਯਾਰ ਨੈਕਸਟ ਜਿਹੜਾ ਅਸੀਂ ਜਿਹੜੇ ਲੋਕਲ ਸੱਤਾ ਦੇ ਪਲੇਅਰ ਅਸੀਂ ਉਹਨਾਂ ਨੂੰ ਉਜਾਗਰ ਕਰਾਂਗੇ ਉੱਪਰ ਲੈ ਕੇ ਜਾਵਾਂਗੇ। ਹੁਣ ਤੁਸੀਂ ਯਕੀਨ ਕਰੋ ਕਿ ਇੱਥੇ ਇਤਨਾ ਟੈਲੈਂਟ ਹੈ ਇਸ ਇਲਾਕੇ 'ਚ, ਕਦੀ ਤੁਹਾਡੀ ਕੈਮਰੇ 'ਤੇ ਆ ਕੇ ਦੱਸਿਆ ਤਾਂ ਇਹ ਜਨਾਬ ਪਲੇਅਰ ਜਿਹੜੇ ਲੱਗੇ ਨੇ, ਇਹ ਜਿਤਨੇ ਵੀ ਇਹਨਾਂ 'ਚ ਬਹੁਤ ਸਾਰੇ ਐਸੇ ਜਿਹਨਾਂ ਕੀ ਪਤਾ ਹੀ ਨਹੀਂ ਅਸੀਂ ਕਬੱਡੀ ਖੇਡ ਸਕਦੇ ਔਰ ਇਹ ਖੇਡ ਸਕਦੇ ਨੇ ਬਾਕੀ। ਤੁਸੀਂ ਰਿਲਾਈਜ਼ ਕਰੋ ਕਿ ਇਹ ਬੰਦੇ ਅਗਰ ਥੋੜ੍ਹੀ ਜਿਹੀ ਨੇ ਥੋੜ੍ਹੀ ਜਿਹੀ ਤਵੱਜੋ ਜ਼ਰੂਰਤ ਹੈ। ਮੈਂ ਤਾਂ ਹੁਣ ਮਹੀਨਾ ਰਹਿਣਾ, ਮੈਂ ਇਹਨਾਂ ਸਾਰਿਆਂ ਕੀਤਾ ਇਕੱਠਿਆਂ ਕੀਤਾ, ਮਹੀਨੇ ਵਿੱਚ ਜੇ ਕੁਝ ਅਸੀਂ ਇਹਨਾਂ ਕੀ ਦੱਸ ਸਕੇ, ਇਹਨਾਂ ਕੀ ਚਾਹੀਦਾ ਨੈਕਸਟ ਇਹਨੂੰ ਇੰਪਰੂਵ ਕਰੋ, ਔਰ ਤੁਸੀਂ ਯਕੀਨ ਕਰੋ ਸਾਡਾ ਸਹੀਲਾ ਜਿਹੜਾ ਪਿੰਡੀ ਡਿਵੀਜ਼ਨ ਦੀ ਵਜ੍ਹਾ ਨਾਲ, ਪਿੰਡੀ ਡਿਵੀਜ਼ਨ ਸਾਡੀ ਵਜ੍ਹਾ ਨਾਲ ਬੋਲਦਾ, ਅਸੀਂ ਨੂੰ ਰਿਪ੍ਰਜੈਂਟ ਕਰਕੇ ਪਿੰਡੀ ਡਿਵੀਜ਼ਨ ਕੇ ਅੱਗੇ ਜਾ ਕੇ ਡਿਸਟ੍ਰਿਕਟ, ਉਸ ਡਿਸਟ੍ਰਿਕਟ ਤੋਂ ਬਾਅਦ ਪੰਜਾਬ ਲੈਵਲ ਦਾ, ਪੰਜਾਬ ਤੋਂ ਬਾਅਦ ਪਾਕਿਸਤਾਨ ਰਿਪ੍ਰਜੈਂਟ ਲੋਕ ਕਰਦੇ ਰਹੇ ਸਾਡੇ ਅੱਛਿਆਂ ਮਹਿਕਮੇ 'ਚ, ਰੇਲਵੇ, ਬਾਬਡਾ, ਪੁਲਿਸ, ਇਹਨਾਂ ਮਹਿਕਮੇ 'ਚ ਉਹਨਾਂ ਕੀ ਐਜ਼ ਏ ਪਲੇਅਰ ਲਿਆ ਜਾਂਦਾ ਸੀ। ਹੁਣ ਪਲੇਅਰ ਕੀ, ਹੁਣ ਤਾਂ ਕਨਸੈਪਟ ਹੀ ਖਤਮ ਹੁੰਦਾ ਜਾ ਰਿਹਾ। ਤੁਸੀਂ ਹੁਣ ਕੋਈ ਸੁਣਿਆ ਬੜਾ ਜ਼ਬਰਦਸਤ ਕੋਈ ਮੈਚ ਅਨਾਊਂਸਮੈਂਟ ਕਰਦੇ ਜੀ? ਬਿਲਕੁਲ, 16 ਤਾਰੀਖ ਸਾਡਾ ਕਬੱਡੀ ਦਾ ਮੈਚ ਹੈ ਔਰ 15 ਤਾਰੀਖ ਜਿਹੜੇ ਪੈਦਲ ਦੌੜ ਫੁੱਟਬਾਲ ਦਾ ਮੈਚ, ਇੰਨਾ ਹੀ ਹੈ। 9 ਗ੍ਰਾਂ ਸਹੀ ਲਾ ਇਸ ਯੂਨੀ ਕੌਂਸਲ ਦੇ ਸੱਤਾ 'ਤੇ ਅਸੀਂ ਕਰਵਾ ਰਹੇ ਹਾਂ ਕਿ ਹੋ ਸਕਦਾ ਵੀ ਅਸੀਂ ਤੁਸੀਂ ਕਾਮਯਾਬ ਹੋਈ ਕਿ ਇੱਕ ਦੋ ਜਿਹੜੇ ਪਲੇਅਰ ਉਸ ਪਿੰਡੀ ਡਿਵੀਜ਼ਨ ਵਾਸਤੇ ਰਿਪ੍ਰਜੈਂਟ ਕਰੀਏ, ਕੋਸ਼ਿਸ਼ ਹੋਈ। ਦੇਖ ਲਓ ਜਨਾਬ, ਤੁਸਾਂ ਨੇ ਪੱਟੀ ਸਾਹਿਬ ਦੀਆਂ ਸਿੱਧੀਆਂ ਸਾਦੀਆਂ ਅਤੇ ਖਰੀਆਂ ਗੱਲਾਂ ਸੁਣੀਆਂ। ਸਾਡੇ ਜਿਤਨੇ ਵੀ ਆਰਗਨਾਈਜ਼ਰ ਉਹਨਾਂ ਨੂੰ ਸਮਝਣਾ ਚਾਹੀਦਾ ਔਰ ਜਿਹੜੀ ਸਾਡੀ ਇਹ ਯੂਥ ਹੈ, ਇਹ ਬਜਾਏ ਸ਼ੁਭਦਾਬਾਜ਼ੀ ਔਰ ਨੌਸਰਬਾਜ਼ੀ ਤੋਂ ਹਟ ਕੇ ਪ੍ਰੋਫੈਸ਼ਨਲ ਕਿਸਮ ਦੀ ਜੇ ਹੈ, ਵਕਤੀ ਤੌਰ 'ਤੇ ਇਸ ਨੂੰ ਅਸੀਂ ਜੋ ਕੁਝ ਇਸਦਾ ਸਾਨੂੰ ਨੁਕਸਾਨ ਪਹੁੰਚ ਰਿਹਾ ਉਹਨੂੰ ਸਮਝਣ ਕੇ ਆਉਣ ਵਾਲੇ ਵਕਤਾਂ ਵਿੱਚ ਹੋ ਸਕਦਾ ਸਾਡੇ ਇੱਥੇ ਭਲਵਾਨ ਹੀ ਖਤਮ ਹੋ ਜਾਣ, ਅਤੇ ਸਮਝਾਂਗੇ ਕਿ ਸ਼ਾਇਦ ਤੁਹਾਨੂੰ ਇਹ ਸੋਚ ਨਾਲ ਕਿ ਜਿਹੜੀ ਅਸਾਂ ਨੇ ਛੋਟੀ ਜਿਹੀ ਇੱਕ ਵੀਡੀਓ ਤਿਆਰ ਕੀਤੀ ਹੈ, ਇਹ ਪੱਟੀ ਸਾਹਿਬ ਦਾ ਮੈਸੇਜ ਤੁਸੀਂ ਸੀਰੀਅਸ ਲਵੋਗੇ ਔਰ ਜਿਸ ਤਰ੍ਹਾਂ ਪੱਟੀ ਸਾਹਿਬ ਨੇ ਮਾਸ਼ਾਅੱਲਾ ਇਸ ਪੂਰੀ ਦੁਨੀਆ 'ਚ ਆਪਣਾ ਇੱਕ ਨਾਂ ਕਮਾਇਆ, ਬਾਕੀ ਵੀ ਕੋਈ ਆਉਣ ਵਾਲੇ ਜਿਹੜੇ ਲੋਕ ਹਨ ਉਹ ਜੈਨੀਅਨ ਤੌਰ 'ਤੇ ਆਪਣਾ ਨਾਂ ਕਮਾਉਣਗੇ। ਦੁਆਵਾਂ ਯਾਦ ਰੱਖੀਏ, ਅੱਲਾ ਹਾਫਿਜ਼। ਅਸਲਾਮ ਅਲੈਕੁਮ, ਮੇਰਾ ਨਾਂ ਜੀ ਜੁਵੇਦ ਪਹਿਲਵਾਨ, ਅਸੀਂ 17 ਦੇ ਸ਼ਗਿਰਦ ਹਾਂ, ਅੱਗੋਂ ਮੇਰਾ ਬੱਚਾ ਵੀ 17 ਦਾ ਸ਼ਗਿਰਦ ਹੈ ਇਬਲਾਲ।
ਪਰਾਂ ਤੁਸੀਂ ਪਰਾਂ ਸਮੇ ਹੋ ਲੱਤੂ ਪਵੇ ਅਗਰ ਮਾਰ ਪੁੱਤਰ ਵੱਡਿਆਂ ਹੋ ਕੇ ਕੀ ਬਣੋਗੇ ਦੱਸ ਦੱਸ ਪਲੇਅਰ ਕਿਸ ਚੀਜ਼ ਦੇ ਕਬੱਡੀ ਦੇ ਕਿਸ ਨਾਲ ਖੇਡੀ ਦਾ ਕੋਡੀ ਦੱਸੋ ਹਾਂ ਦਾ ਖੇਡ ਦੇ ਦੱਸੋ ਕੋਡੀ ਦਾ ਸਟਾਈਲ ਬਣਾ ਬੋਲੀ ਦਾ ਕਿਸ ਤਰ੍ਹਾਂ ਹੈ ਐ ਬਸ ਵੀ ਬਸ ਯਾਰ ਟ੍ਰੈਂਚਿੰਗ ਕਰੋ ਚਲੋ ਚਲੋ ਅੱਛਾ ਤੁਰੀ ਆਪੀ ਸ਼ਾਬਾਸ਼ ਚੱਲ ਮਰ ਗਏ ਹੁਣ ਜੀ ਚਲ ਓਏ ਚਲ ਚੱਲ ਨਿਕਲ ਸ਼ਾਬਾਸ਼ ਸਹੀ ਤਾਂ ਚੱਲ ਪੂਰਾ ਪੀਣਾ ਬੁੱਤੀਆਂ ਲਪਾਸ ਹੈ ਬੁੱਤੀਆਂ ਲਪਾਸ ਹੈ